ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਹੈ ਗੁਰਜੀਤ ਕੌਰ। ਕੀ ਹਾਦਸਾ ਕੀ ਵਾਪਰਿਆ ਜੀ? ਜੀ ਮੇਰਾ ਪੁੱਤ ਨਹਿਰ 'ਚ ਗਿਰ ਗਿਆ, ਡੁੱਬ ਗਿਆ, ਨਹਾਉਣ ਗਿਆ ਤੀ ਆੜੀਆਂ ਨਾਲ ਚਲਿਆ ਗਿਆ। ਮੇਰੇ ਬੇਟੇ ਦਾ ਨਾਮ ਗੁਰਸੇਵਕ ਤੀ। ਕਿੰਨੀ ਉਮਰ 'ਚ? 22 ਸਾਲ ਦਾ ਤੀ। ਤੇ ਕਿੱਦਾਂ ਹਾਦਸਾ ਕਿੱਦਾਂ ਹੋਇਆ ਹੈ? ਅਸਾਂ ਜੀ ਤਿਰਦਾ ਤੀ, ਨਹਾਉਣ ਗਿਆ ਤੀ, ਨਹਾਉਣ ਗਿਆ ਤੀ, ਉੱਥੇ ਦੋ ਵਾਰ ਨਹਾ ਕੇ ਬਾਹਰ ਨਿਕਲਿਆ ਤੀ, ਪਰ ਬੇਸਾਲ ਮਾਰੀ ਮੇਰੇ ਪੁੱਤ ਨੇ। ਕਿਹੜੀ ਨਹਿਰ 'ਚ ਗਿਆ ਸੀ? ਮੈਨੂੰ ਨਹਿਰ ਤਾਂ ਨਹੀਂ ਪਤਾ, ਸਰੰਦ ਵਾਲੀ ਭਾਖੜਾ ਨਹਿਰ ਪਤਾ ਨਹੀਂ ਕਿ ਭਾਗਣੇ ਸੌਂਡੇ ਚੱਲੇ ਸੌਂਡੇ ਕੋਲ। ਕਦੋਂ ਦੀ ਘਟਨਾ ਹੈ? ਪਰਸੋਂ ਦੀ ਜੀ, 1:30 ਵਜੇ ਗਿਰਿਆ। ਪਰਸੋਂ 1:30 ਵਜੇ, 12 ਵਜੇ ਘਰੋਂ ਗਿਆ, 6-7 ਜਣੇ ਤੀ। ਮੇਰੇ ਪੁੱਤ ਨੇ ਮੈਨੂੰ ਦੱਸਿਆ ਵੀ ਨਹੀਂ ਵੀ ਮੰਮੀ ਮੈਂ ਚੱਲਿਆ। ਮੇਰੇ ਛੋਟੇ ਮੁੰਡੇ ਨੇ ਫੋਨ ਕਰਿਆ, ਮੇਰੀ ਮੰਮੀ, ਹੇ ਮੰਮੀ, ਹੇ ਮੰਮੀ, ਲਾਡੀ ਡੁੱਬ ਗਿਆ। ਉਹ ਲਾਡੀ ਮੇਰੇ ਪੁੱਤ ਮੇਰੇ ਉਹਦੇ ਆੜੀਆਂ ਨੇ ਕਰੀਆ ਬਾਤ, ਫੜ ਨਹੀਂ ਹੋਇਆ, ਥੱਲੇ ਜਾਈ ਗਿਆ ਪੁੱਤ ਮੇਰਾ, ਥੱਲੇ ਜਾਈ ਗਿਆ। ਹਾਂਜੀ, ਉੱਥੇ ਲੱਗਿਆ ਹੋਇਆ ਸੀ ਪੱਟੀ ਦੇ, ਪੱਟੀ ਦੇ ਲੱਗਿਆ ਹੋਇਆ ਸੀ। ਚੌਕੀਦਾਰਾ ਹੀ ਕਰਦਾ ਸੀ, ਰਾਤ ਰਾਤ ਦੀ ਡਿਊਟੀ ਜਾਂਦਾ ਸੀ। ਨਹੀਂ ਜੀ, ਮਿਲੀ ਨਹੀਂ ਅਜੇ, ਅਜੇ ਮਿਲੀ ਨਹੀਂ ਹੈਗੀ। ਮੇਰਾ ਪੁੱਤ ਆਇਆ ਨਹੀਂ ਅਜੇ ਘਰੇ, 3 ਦਿਨ ਹੋ ਗਏ ਗਏ ਨੂੰ ਮੇਰੇ ਪੁੱਤ ਨੂੰ, 3 ਦਿਨ ਹੋ ਗਏ ਗਏ ਨੂੰ, ਇੱਕ ਵਾਰੀ ਵੀ ਨਹੀਂ ਹੱਕ ਮਾਰੀ ਉਹਨੇ। ਮੰਮੀ ਹੈ ਮੈਨੂੰ ਰੋਟੀ ਦੇ ਦੇ, ਮੇਰੇ ਕੋਲ ਪੱਚ ਕੇ ਰੋਟੀ ਖਾਂਦਾ ਸੀ। ਹਾਂਜੀ, ਤੈਰਨ ਜਾਣਦਾ ਸੀ, ਤਾਂ ਹੀ ਚਲਾ ਗਿਆ। ਪਹਿਲੀ ਵਾਰੀ ਉਹ ਗਿਆ ਤਾਂ ਕਦੇ ਗਿਆ ਹੀ ਨਹੀਂ ਸੀ, ਕਦੇ ਵੀ ਨਹੀਂ ਸੀ ਗਿਆ ਮੇਰਾ ਪੁੱਤ। ਰੁਲਦਾ ਸਿੰਘ ਜੀ, ਕਿੱਦਾਂ ਹਾਦਸਾ ਹੋਇਆ ਜਿਹੜਾ ਤੁਹਾਡੇ ਕੀ ਲੱਗਦਾ ਜੀ? ਮੇਰਾ ਪੋਤਾ ਲੱਗਦਾ ਜੀ, ਤੁਹਾਡਾ ਪੋਤਾ ਲੱਗਦਾ ਜੀ ਮੇਰੇ, ਤੀਜੇ ਦਾ ਲੜਕਾ ਇਹ। ਕੀ ਨਾਮ ਕੀ ਸੀ? ਗੁਰਸੇਵਕ ਸਿੰਘ ਜੀ। ਕਿੱਦਾਂ ਹਾਦਸਾ ਹੋਇਆ ਜੀ? ਇਹ ਐਤਵਾਰ ਸੀ ਜੀ, ਉਦੋਂ 5-7 ਜਣੇ ਯਾਰ ਦੋਸਤ ਕਹਿੰਦੇ ਨਹਾ ਕੇ ਆਉਂਦੇ ਹਾਂ, ਇਹ ਨਹਿਰ 'ਤੇ ਨਹਾਉਣ ਚਲੇ ਗਏ ਜੀ। ਉੱਥੇ ਜਾ ਕੇ ਨਹਾਤੇ ਨੇ, ਕੁਲਚੇ ਖਾ ਕੇ ਫੇਰ ਛਾਲ ਮਾਰੀ, ਕਹਿੰਦੇ ਜਿਹੜੇ ਨਾਲ ਦੇ ਉਹੀ ਦੱਸਦੇ ਨੇ ਜੀ। ਬਸ ਇਹ ਦੋ ਜਣੇ ਨਿਕਲੇ ਆ, ਤਾਂ ਨਿਕਲ ਨਹੀਂ ਹੋਇਆ ਜੀ, ਉੱਥੇ ਹੀ ਹੋਇਆ ਜੀ, ਹਰ ਸ਼ਹਿਰ ਸਰਹੰਦ ਵਾਲੀ ਨਹਿਰ 'ਤੇ। ਹਾਂਜੀ, ਹੈੱਡ 'ਤੇ ਹੋਇਆ ਜੀ। ਇਹੀ ਮਦਦ ਕਰਦੇ, ਮੈਂ ਗਰੀਬ ਪਰਿਵਾਰ ਆ ਜੀ, ਤੁਸੀਂ ਦੇਖ ਲਿਆ ਇਹ ਨਾ ਮਿਲੀ ਜੀ, ਕਰ ਰਹੇ ਹਾਂ ਜੀ, ਉੱਥੇ ਹੀ ਫਿਰ ਰਹੇ ਜੀ। ਹਜੇ ਉਹ ਜਿਹੜੇ ਕੱਢਣ ਵਾਲੇ ਹੁੰਦੇ ਨੇ ਗੋਲੀਏ, ਉਹ ਪੈਸੇ ਮੰਗਦੇ ਨੇ, ਇੰਨੇ ਇਹਨਾਂ ਨੂੰ ਗਰੀਬ ਪਰਿਵਾਰ ਕੋਲ ਹੈ ਨਹੀਂ। ਜੇ ਸਰਕਾਰ ਕੋਈ ਕਰ ਸਕਦੀ ਹੈ ਕੋਈ ਮਦਦ, ਤਾਂ ਇਹਨਾਂ ਦੀ ਕਰ ਸਕਦੇ। ਕਿੰਨੇ ਪੈਸੇ ਕਿੰਨੇ ਮੰਗਦੇ? 18-20 ਹਜ਼ਾਰ ਰੁਪਏ ਮੰਗਦੇ ਨੇ। ਹਾਂਜੀ, ਉਹ ਕਹਿੰਦੇ ਅਸੀਂ ਕੱਢ ਕੇ ਦੇ ਦਿੰਦੇ ਹਾਂ, ਪਹਿਲਾਂ 35-33, ਫਿਰ ਉਹ ਕਹਿੰਦੇ ਗਰੀਬ ਹੈ ਜੀ, ਫਿਰ ਕਹਿੰਦੇ ਚੱਲ ਘੱਟ ਦੇ ਦੇ, ਉਹ ਕਹਿੰਦੇ ਅੱਜ ਈਦ ਹੈ ਕੱਲ੍ਹ ਨੂੰ ਕੱਢ ਦਾਂਗੇ। ਦੇਖੋ, अब उपलब्ध है 1100 प्लस डिजिटल केबल नेटवर्क पर, एन एंड्रॉइड बेस्ड डीटीएच स्मार्ट सेटअप बॉक्स, सभी ओटीटी प्लेटफॉर्म, 24 घंटे लाइव देखिए हमारे सोशल मीडिया पेजेस पर।